प्रशासन हाय हाय चंद्रू का कटिया माइक ना फिर जी माइक ना माइक हेलो चंद्रू का कटिया प्रशासन कुत्ता पाल चीता का दिन कोते नाते लोटा नीचे तो हुई नाते लोग कितना पाल अपने जिहड़े अंदर किसान सी उन्हां नूं छुड़वा भी लिया सारे दा बहुत बहुत धन्यवाद सलाए मैं प्रीतम सिंह जी नूं जिन्हां ने अपनी शहादत दे के अज इस मूर्ति नूं इस मुकाम ते पहुंचाया सलाम है तुहानूं सारिआं नूं जिहड़े रोज कट करके आउंदे आ जिहड़े इस संघर्ष अपना योगदान पा रहे है आउण वाले टाइम च आपां नूं इस चीज़ दा रिजल्ट जरूर मिलेगा मैनूं माण है अज मैं बलजिंदर कौर दी बलजिंदर सिंह दी धी आ मैनूं माण है अज मैं उस प्रीतम सिंह दे पिंडों लौंगोवाल तों आ जिथे इन्नी वड्डी शहादत दे के उहने अपनी इन्नी दर्दनाक मौत नूं सहंदे होए इस मोर्चे नूं इस मुकाम तक पहुंचाया धन्नवाद तुहाडा सारिआं दा वाहिगुरु जी का खालसा वाहिगुरु जी की फतेह सूबा गुरु बीके जू एकता आजाद जो कि पिछले दिनों दे विच पुलिस दे नाल भेड़ दे मुताबक एक साढ़े किसान प्रीतम सिंह मंडेरकला की मौत हो गई सी शहीद हो गए उन्हां दा जो डेड बॉडी साड़ी पोस्टमार्टम वास्ते पटियाले होस्पिटल दे विच रखी हुई सी उन्हां दा 23 तरीक नूं असीं पोस्टमार्टम करा दिता है ते जिहड़े संस्कार वालियां रस्मां ने जिन्नियां होर उहदे नाल जुड़दियां ਉਹ ਅਸੀਂ 24-25 ਤਰੀਕ ਨੂੰ ਜਾਣੀ ਕਿ ਕੱਲ੍ਹ ਨੂੰ ਸੰਸਕਾਰ ਉਹਦੇ ਜੱਦੀ ਪਿੰਡ ਮੰਡੇਰਕਲਾ ਵਿਖੇ 3 ਵਜੇ ਕਰਨਾ ਸਾਰੀਆਂ ਜਥੇਬੰਦੀਆਂ ਪੰਜਾਬ ਦੇ ਸੰਯੁਕਤ ਮੋਰਚੇ ਨੂੰ ਇਹ ਬੇਨਤੀ ਕਰਦੇ ਹਾਂ ਕਿ ਕੱਲ੍ਹ ਨੂੰ ਵੱਧ ਤੋਂ ਵੱਧ ਪਿੰਡ ਮੰਡੇਰਕਲਾ ਵਿਖੇ 3 ਵਜੇ ਪਹੁੰਚਣ ਦੀ ਖੇਚਲ ਕਰਿਓ ਕਿਉਂਕਿ ਇਹ ਇੱਕ ਆਪਣੀ ਇੱਕ ਪੈਦਾ ਹੋਈ ਹੋਈ ਹੈ ਸ਼ੰਕਾ ਖੜੀ ਹੈ ਕਿ ਪ੍ਰੀਤਮ ਸਿੰਘ ਦਾ ਸੰਸਕਾਰ ਅੱਜ ਹੋਣਾ 24 ਤਰੀਕ ਨੂੰ ਇਸ ਗੱਲ ਦੇ ਉੱਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋਈ ਹੈ ਕਿ ਅੱਜ ਜਿਹੜੀ ਸੰਘਰਸ਼ ਕਿਸਾਨੀ ਵਾਲਾ ਕੇਂਦਰ ਦੇ ਨਾਲ ਰਿਲੇਟਡ ਸੀਗਾ ਜੋ ਉਰੇ ਪੰਜਾਬ ਦੇ ਵਿੱਚ ਰੋਕੇ ਗਏ ਉਹਦੀ ਅੱਜ ਡਿਊਟੀ ਦੇ ਨਾਲ ਮੀਟਿੰਗ ਦੀ ਚਿੱਠੀ ਵੀ ਅੱਜ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਰਿਹਾ ਕਿ ਦੇਣੀ ਹੈ ਅਤੇ ਪਰਿਵਾਰ ਨੂੰ ਚੈੱਕ ਜਾਂ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਦੇ ਪਰਚੇ ਰੱਦ 307 ਦੇ ਅਤੇ ਬੰਦੇ ਸਾਰੇ ਰਿਹਾ ਹੋਣੇ ਹੈ ਕਿਉਂਕਿ ਅਸੀਂ ਮੰਗ ਰੱਖੀ ਸੀ ਕਿ ਸਾਰੇ ਜਿੰਨੇ ਸਾਡੇ ਸਾਥੀ ਹੈ ਉਹ ਰਿਹਾ ਹੋ ਕੇ ਆਉਣ ਅਤੇ ਪ੍ਰੀਤਮ ਸਿੰਘ ਦੇ ਅੰਤਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਇਸ ਕਰਕੇ ਕੱਲ੍ਹ ਨੂੰ ਪ੍ਰੀਤਮ ਸਿੰਘ ਦਾ ਸੰਸਕਾਰ ਉਹਦੇ ਪਿੰਡ ਮੰਡੇਰਕਲਾ ਵਿਖੇ ਹੋਣਾ ਇਹ 'ਚ ਬੇਨਤੀ ਹੈ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕਿ ਵੱਧ ਚੜ੍ਹ ਕੇ ਆਪਣੇ ਉਸ ਸ਼ਹੀਦ ਦੇ ਸੰਸਕਾਰ ਦੀਆਂ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੌਂਗੋਵਾਲ ਮੋਰਚੇ ਤੋਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਬਾਈ ਮਨਜੀਤ ਸਿੰਘ ਨਿਆਲ ਵਿਕਰੀ ਏਕਤਾ ਯਾਦ ਦੇ ਆਗੂ ਨੇਗੇ ਜਿਹੜੇ ਔਰ ਮੈਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੀ ਮੋਰਚੇ ਵੱਲੋਂ ਬੇਨਤੀ ਹੈ ਕਿ ਸੰਸਕਾਰ ਬਾਰੇ ਜੋ ਪ੍ਰੀਤਮ ਸਿੰਘ ਦੇ ਭੰਬਲ ਭੁੱਸਾ ਪੈਦਾ ਹੋਇਆ ਕਿ ਅੱਜ ਹੋਣਾ ਇਹ ਦੱਸ ਦਈਏ ਕਿ ਕੱਲ੍ਹ ਆਈ ਜੀ ਸਾਹਿਬ ਨਾਲ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋ ਕੇ ਮੰਗਾਂ 'ਤੇ ਸਹਿਮਤੀ ਬਣ ਗਈ ਕੱਲ੍ਹ ਪੋਸਟਮਾਰਟਮ ਹੋ ਗਿਆ ਔਰ ਜਿਹੜੀ ਡੈੱਡ ਬੋਡੀ ਹੈ ਪ੍ਰੀਤਮ ਸਿੰਘ ਦੀ ਉਹ ਪਟਿਆਲੇ ਰਜਿੰਦਰਾ ਹਸਪਤਾਲ ਦੇ ਵਿੱਚ ਰੱਖ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਲੇਕਿਨ ਸੰਸਕਾਰ ਲਈ ਸ਼ਰਤਾਂ ਨੇ ਜਿੰਨਾ ਚਿਰ ਤੱਕ ਜਿਹੜੇ 307 'ਚ ਆਗੂ ਬੰਦ ਨੇ ਜੇਲ੍ਹ 'ਚ ਉਹ ਬਾਹਰ ਨਹੀਂ ਆ ਜਾਂਦੇ ਔਰ ਜਿਹੜੀ ਯੂਟੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਣੀ ਹੈ ਉਹ ਮੀਟਿੰਗ ਦੀ ਚਿੱਠੀ ਨਹੀਂ ਆ ਜਾਂਦੀ ਉਦੋਂ ਤੱਕ ਸੰਸਕਾਰ ਨਹੀਂ ਹੋਊਗਾ ਔਰ ਸੰਸਕਾਰ ਹੈ ਜਿਹੜਾ ਸੰਯੁਕਤ ਮੋਰਚੇ ਨਾਲ ਹੋਰ ਸਾਰਿਆਂ ਨਾਲ ਰਾਇ ਕਰਕੇ ਆਗੂ ਨਾਲ ਇਹ ਰੱਖਿਆ ਵੀ ਕੱਲ੍ਹ 3 ਵਜੇ ਪ੍ਰੀਤਮ ਸਿੰਘ ਦੇ ਜੱਦੀ ਪਿੰਡ ਮੰਡੇਰਕਲਾਂ ਵਿਖੇ ਹੋਵੇਗਾ ਉਹ ਵੀ ਤਾਂ ਜੇ ਪਹਿਲਾਂ ਇਹ ਮੰਗਾਂ ਸਿਰੇ ਚੜ੍ਹ ਜਾਂਦੀਆਂ ਨੇਗੀਆਂ ਇਹ ਬੇਨਤੀ ਨੂੰ ਪ੍ਰਵਾਨ ਕਰਿਓ